ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਦੋਸਤੋ, ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ। ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ, ਹਮੇਸ਼ਾ ਲਈ, ਜਨਾਬੇ ਲਈ ਬੜੀ ਲਾਜਵਾਬ, ਮਾਸ਼ਾਅੱਲਾ ਸਾਫ਼ ਸੁਥਰਾ ਜਾਨਵਰ ਜਿਹੜੀ ਮੈਂ ਵੀਡੀਓ ਦਿਖਾਵਾਂਗਾ ਆਪਣੇ ਵੀਰਾਂ ਅਤੇ ਦੋਸਤਾਂ ਨੂੰ, ਚੋਲਸਤਾਨੀ ਫਰੀਜ਼ੀਅਨ ਕ੍ਰਾਸ ਵੈਡ ਔਰ ਮਾਸ਼ਾਅੱਲਾ ਅਬਲਕ ਰੰਗ ਦੇ ਵਿੱਚ। ਮਗਰ ਭਾਈਜਾਨ, ਕੀ ਹੈ ਸ਼ਾਹ ਸਾਹਿਬ? ਮਗਰ ਵੱਛੀ ਕਿ ਵੱਛਾ? ਮਗਰ ਵੱਛਾ ਹੈ ਜਨਾਬ, ਮਗਰ ਵੱਛਾ ਹੈ। ਔਰ ਮਾਸ਼ਾਅੱਲਾ ਵੈਡ ਦਾ ਪੂਰੀ ਹਾਈਟ ਦੇਖਣੀ ਹੈ, ਖੂਨ ਦੇਖਣਾ ਹੈ, ਪੇਟ ਦੇਖਣਾ ਹੈ, ਰੀਜਨਲ ਦੋਸਤੋ, ਸਿਰੋਂ ਮੋਨੀ ਹੈ। ਔਰ ਬਾਕੀ ਤੁਹਾਡੇ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ ਹਰ ਚੀਜ਼ ਦੀਆਂ ਤਸੱਲੀਆਂ ਕਰਾਉਂਦੇ ਪਏ ਹਾਂ। ਨਾ ਗਰਮੀ ਕਰਨ ਵਾਲੀ ਹੈ, ਨਾ ਸਰਦੀ ਕਰਨ ਵਾਲੀ ਹੈ, ਟੋਟਲ ਜਨਾਬੇ ਲਈ ਪਾਕਿਸਤਾਨ ਦਾ ਮੌਸਮ ਝੇਲਣ ਵਾਲੀ ਗਾਂ। ਔਰ ਮਾਸ਼ਾਅੱਲਾ ਜਿਹੜੇ ਮੇਰੇ ਵੀਰ ਕਹਿੰਦੇ ਨੇ ਕਿ 20-22 ਲੀਟਰੀਆਂ 25 ਲੀਟਰੀਆਂ ਗਾਵਾਂ, ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਬੜਿਆ ਮੇਰੇ ਭਰਾਵਾਂ ਦੀ ਫਰਮਾਇਸ਼ ਸੀ। ਅੱਜ ਤੋਂ 2 ਦਿਨ ਮੈਂ ਪਹਿਲੇ ਲਾਈਆਂ ਸਨ, ਦੋਸਤਾਂ ਦਾ ਫੋਨ ਆਉਂਦਾ ਰਿਹਾ, ਗਾਵਾਂ ਹੋ ਗਈਆਂ ਸਨ ਸੇਲ, ਉਹ ਵਾਲੀਆਂ ਅੱਜ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ ਪੂਰੀ ਬਾਹਰ ਫਿਰ ਕੇ ਸ਼ਾਮ ਟਾਈਮ ਜਨਾਬੇ ਲਈ ਇਹ ਗਾਏ ਲੱਭੀ ਹੈ ਔਰ ਜਨਾਬ ਇਹਦੀ ਵੀਡੀਓ ਲਗਾਉਣ ਲੱਗਿਆ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਸੌਦੇ ਦੋਸਤੋ ਨਸੀਬਾਂ ਦੇ ਨੇ। ਮਾਸ਼ਾਅੱਲਾ ਮਸ਼ਕਾਂ ਦਾ ਆਰਡਰ ਕੁਆਲਿਟੀ, ਲੈਣੇ ਦੇਣੇ ਮੁਕੱਦਰ, ਔਰ ਇੱਕ ਇੱਕ ਚੀਜ਼ ਮੇਰੇ ਤੁਹਾਡੇ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਕੈਮਰੇ ਦੀ ਅੱਖ ਦੇ ਸਾਹਮਣੇ ਤੁਰਨ ਫਿਰਨ। ਮਾਸ਼ਾਅੱਲਾ ਵੈਡ ਦਾ 16 ਨੇ, ਲੱਤ ਚੰਗੀ ਮੋਟੀ, ਔਰ ਜਨਾਬੇ ਚੋਲਸਤਾਨੀ ਫਰੀਜ਼ੀਅਨ ਕ੍ਰਾਸ, ਔਰ ਹਰ ਚੀਜ਼ ਕੰਡ ਪੱਧਰੀ ਵੈਡ ਦੀ, ਔਰ ਕੱਦ ਕਾਠ ਪੂਰਾ ਵੈਡ ਦਾ, ਪੂਰੀ ਨਸਲੋ ਜ਼ਾਤੋਂ ਮਾਸ਼ਾਅੱਲਾ ਸਾਫ਼ ਸੁਥਰੀ ਹੈ ਔਰ ਲੈਣੇ ਦੇਣੇ ਮੁਕੱਦਰ। ਸੌਦੇ ਦੋਸਤੋ ਨਸੀਬਾਂ ਦੇ, ਹਮੇਸ਼ਾ ਤਰ੍ਹਾਂ ਮੈਂ ਆਪਣੇ ਵੀਰਾਂ ਦੱਸਦਾ ਰਹਿਣਾ ਔਰ ਵਿੱਚੋਂ ਚੁਆਈ ਕਰਾਵਾਂਗਾ, ਵੱਛੀ ਦੀਆਂ ਸੀਲਤਾਂ ਵੇਖ ਲੈਣ, ਵੱਛੀ ਦਾ ਪੂਰਾ ਅੰਗ ਅੰਗ ਤੁਹਾਡੇ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ। ਔਰ ਇਨਸ਼ਾਅੱਲਾ ਤਾਲਾ ਵੀਡੀਓ ਪਸੰਦ ਆਵੇ, ਲਾਈਕ, ਸ਼ੇਅਰ, ਕਮੈਂਟ, ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਦੋਸਤੋ ਕਰਦੇ ਰਿਹਾ ਕਰੋ ਔਰ ਬੈੱਲ ਆਈਕੋਨ ਦਾ ਬਟਨ ਨੂੰ ਜ਼ਰੂਰ ਦਬਾਇਆ ਕਰੋ। ਔਰ ਜਨਾਬੇ ਲਈ ਹਰ ਚੀਜ਼ ਦੀਆਂ ਤਸੱਲੀਆਂ ਕਰਾਵਾਂਗੇ। ਮਗਰ ਵੱਛਾ ਹੈ ਨਾ ਜੀ? ਹਾਂਜੀ ਵੱਛਾ। ਮਗਰ ਦੋਸਤੋ ਵੱਛਾ ਹੈ ਔਰ ਜਨਾਬ ਮਾਸ਼ਾਅੱਲਾ ਵੈਡ ਦਾ ਥਾਣ, ਹਰ ਚੀਜ਼ ਪੂਰਾ ਸਾਫ਼ ਸੁਥਰਾ, ਔਰ ਜਨਾਬ ਇਹ ਨਹੀਂ ਕਿ ਮਸ਼ੀਨ 'ਤੇ ਚੁਆਈ ਹੋਵੇ, ਨਿੱਕਾ ਨਿੱਕਾ ਥਾਣ ਹੋਵੇ, ਨਹੀਂ, ਪੂਰਾ ਮੁੱਠ ਮੁੱਠ ਦਾ ਅਤੇ ਰੁਕ ਰੁਕ ਦਾ ਥਾਣ ਹੈ, ਚੁਆਈ ਵਿੱਚੇ ਕਰਾਵਾਂਗਾ ਔਰ ਇੱਥੇ ਰੜੇ 'ਤੇ ਚੁਈ ਜਾਂਦੇ ਹਾਂ ਔਰ ਕੋਈ ਡਰਦੀ ਨਹੀਂ ਪਈ, ਕੋਈ ਕੁਛ ਨਹੀਂ। ਅਗਰ ਭਾਈ ਹੋਰਾਂ ਦਾ ਇੱਥੇ ਸ਼ਾਹ ਸਾਹਿਬ ਹੋਰਾਂ ਦੇ ਮਹਿਮਾਨ ਵੀ ਆਏ ਨੇ, ਅਗਰ ਉਹਨਾਂ ਨਾਲ ਇਹਨਾਂ ਦਾ ਸੌਦਾ ਹੋ ਗਿਆ ਠੀਕ ਹੈ, ਨਾ ਆਇਆ ਤਾਂ ਜਨਾਬੇ ਲਈ ਵੀਡੀਓ ਫਿਰ ਚੈਨਲ 'ਤੇ ਅਪਲੋਡ ਕਰਾਂਗੇ। ਭਾਈ ਹੋਰਾਂ ਦਾ ਵੇਟ ਕਰਦੇ ਰਹੇ ਹਾਂ ਪੂਰਾ ਘੰਟਾ, ਇਸੇ ਲਈ ਥੋੜ੍ਹੀ ਵੀਡੀਓ ਵੀ ਲੇਟ ਹੋ ਗਈ ਹੈ ਔਰ ਜਨਾਬ ਮੇਰੇ ਵੀਰਾਂ ਦੇ ਸਾਹਮਣੇ ਔਰ ਹਰ ਚੀਜ਼ ਮੇਰੇ ਵੀਰ ਤਸੱਲੀਆਂ ਕਰ ਲੈ। ਮਾਸ਼ਾਅੱਲਾ ਮਾਸ਼ਾਅੱਲਾ, ਔਰ ਜਨਾਬ ਇੱਕ ਇੱਕ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ। ਔਰ ਸ਼ਾਹ ਜੀ ਗੜਵੀ ਬਰਤਨ ਆਏ ਪਏ ਨੇ ਨਾ ਜੀ? ਠੀਕ ਹੋ ਗਿਆ ਜੀ, ਇਹ ਜਨਾਬ ਸਮਾ ਕੇ ਨਾ ਬਹੁ ਅੱਛਾ ਅੱਗੇ ਬਣਦੀ, ਠੀਕ ਹੈ। ਮਾਸ਼ਾਅੱਲਾ ਪੂਰਾ ਰੁਗ ਰੁਗ ਦਾ ਥਾਣ ਦੋਸਤੋ, ਜਿਹੜੇ ਮੇਰੇ ਭਰਾ ਦੋਸਤ ਕਹਿੰਦੇ ਨੇ ਕਿ 20-22 ਲੀਟਰੀ ਗਾਂ ਹੋਵੇ ਤੇ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਕੱਚੀ ਸੂਈ ਗਾਂ ਕੋਲ 20-22 ਲੀਟਰ ਦੁੱਧ ਪੱਕਾ ਹੈ, ਠੰਡਾ ਦੁੱਧ। ਸ਼ਾਹ ਜੀ ਬਾਲਟੀ ਮੂਹਦੀ ਕਰ ਲਿਆ ਜੀ ਹਮੇਸ਼ਾ ਤਰ੍ਹਾਂ ਜੀ, ਇਹ ਦੇਖਦੇ ਪਏ ਨੇ ਮੇਰੇ ਭਰਾ, ਚਲੋ ਦੁੱਧ ਕਤਰੇ ਥੱਲੇ ਡਿੱਗਣਗੇ। ਔਰ ਜਨਾਬ ਇੱਕ ਇੱਕ ਤਾਰ ਮਾਰ ਕੇ ਸਾਰੇ ਥਣਾ ਚੈੱਕ ਕਰਾ ਦਿਆ ਜੀ। ਇਹ ਜਨਾਬ ਇੱਕ ਇੱਕ ਤਾਰ ਸਾਰੇ ਥਣਾਂ ਦੇ ਵਿੱਚੋਂ ਮੇਰੇ ਭਰਾ ਚੈੱਕ ਕਰਦੇ ਪਏ ਨੇ, ਨਾ ਛੱਟ ਹੈ, ਨਾ ਫੁਹਾਰ ਹੈ, ਨਾ ਮਰੋੜ ਹੈ, ਪੂਰਾ ਮਾਸ਼ਾਅੱਲਾ ਚੁਆ ਸੋਹਣਾ ਬੈਠ ਦਾ। ਬਾਕੀ ਲੈਣੇ ਦੇ ਹੋਣਗੇ ਮੁਕੱਦਰ, ਸੌਦੇ ਨਸੀਬਾਂ ਦੇ ਨੇ ਜੀ। ਆ ਜਾਓ ਜੀ ਵਾਪਸ ਆ ਜਾਓ, ਪੂਰੀ ਗਾਂ ਵਿਖਾਓ ਵੀਰਾਂ ਨੂੰ, ਪਤਾ ਲੱਗੇ ਕੋਈ ਕੜੀ ਤਾਂ ਨਹੀਂ ਖਾਣਾ ਜਾਂ ਕੋਈ ਗੱਲ ਨਹੀਂ, ਸੀਲ ਸਾਓ ਪੂਰੀ ਕਿ ਨਹੀਂ। ਇਹਦੇ ਪਹਿਲੇ ਪੂਰੀ ਸੀਲ ਸਾਓ, ਪ੍ਰਿੰਟ ਅੱਛਾ, ਮਹਿਮਾਨ ਵੀ ਪਰਾਂ ਕੋਲੇ ਖੜੇ ਨੇ ਸਾਡੇ, ਔਰ ਜਿਹੜੇ ਲੈਣ ਆਏ ਨੇ ਜਨਾਬ ਉਹਨਾਂ ਨਾਲ ਅਗਰ ਸਾਡਾ ਸੌਦਾ ਹੋ ਗਿਆ ਠੀਕ ਹੈ, ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਅਸੀਂ ਵੀਡੀਓ ਲਾਵਾਂਗੇ। ਮਾਸ਼ਾਅੱਲਾ ਦੁੱਧ ਵੀ ਸਫੈਦ ਚਿੱਟਾ ਹੋਏਗਾ, ਗਾੜਾ ਹੋਏਗਾ। ਚੋਲਸਤਾਨੀ ਦੀ ਖਾਸੀਅਤ ਹੀ ਹੁੰਦੀ ਹੈ ਕਿ ਦੁੱਧ ਵੀ ਸਫੈਦ ਚਿੱਟਾ ਹੁੰਦਾ, ਗਾੜਾ ਹੁੰਦਾ, ਨਾ ਗਰਮੀ ਕਰਨ ਵਾਲਾ ਜਾਨਵਰ ਹੁੰਦਾ, ਨਾ ਸਰਦੀ ਕਰਨ ਵਾਲਾ ਹੁੰਦਾ। ਜਿਹੜੀ ਗਾਂ ਗਰਮੀ ਸਰਦੀ ਨਹੀਂ ਕਰਦੀ ਉਹ ਹੀ ਇਹਨਾਂ ਜਿਸਮ ਸੰਭਾਲਦੀ ਹੈ, ਜਿਹੜੀ ਗਾਂ ਗਰਮੀ ਕਰਦੀ ਉਹ ਕਦੇ ਵੀ ਜਿਸਮ ਨਹੀਂ ਬਣਾ ਦਿੰਦਾ।
ਔਰ ਮੇਰੇ ਵੀਰਾਂ ਨੂੰ ਪਤਾ ਕਿ ਪੂਰੇ ਮਾਸ਼ਾਅੱਲਾ ਵਜ਼ਨ ਦੇ ਵਿੱਚ ਗਾਂ ਖੜੀ ਹੈ, ਪੂਰੇ ਲੋਡ ਦੇ ਵਿੱਚ ਖੜੀ ਹੈ। ਗਾਂ ਦੀ ਜਵਾਨੀ, ਗਾਂ ਦਾ ਜਨਾਬ ਪ੍ਰਿੰਟ, ਗਾਂ ਦਾ ਖੂਨ, ਗਾਂ ਦਾ ਪਿੱਤ ਔਰ ਵੈੜ ਦਾ ਜਨਾਬ ਅਲੀ ਥਣ, ਹਰ ਚੀਜ਼ ਤੁਹਾਡੇ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ ਪੂਰੀ ਚੁਆਈ ਕਰਾਵਾਂਗੇ, ਗੜਵੀਆਂ ਮਾਰ ਕੇ ਬੇਸ਼ਾ ਤਰ੍ਹਾਂ ਵੀਰਾਂ ਨੂੰ ਤਸੱਲੀਆਂ ਕਰਾਵਾਂਗੇ। ਕਿੰਨੇ ਦਿਨਾਂ ਦੀ ਸੂਈ ਹੋਈ ਇਹ ਵੀ ਸ਼ਾਹ ਸਾਹਿਬ ਤੋਂ ਪੁੱਛ ਲਾਂਗੇ, ਸਾਰੀਆਂ ਗੱਲਾਂ ਮੇਰੇ ਵੀਰਾਂ ਦੇ ਸਾਹਮਣੇ ਹੋ ਜਾਣਗੀਆਂ। ਸੋਹਣਾ ਚੁਆ ਮਾਸ਼ਾਅੱਲਾ ਵੱਛੀ ਨੂੰ ਲੱਗਿਆ, ਪਸਮਾ ਵੀ ਮਾਸ਼ਾਅੱਲਾ ਲੱਕੜ ਰੰਗਾ, ਇਹ ਨਹੀਂ ਕਿ ਪਸਮਾ ਟੁੱਟਵਾਂ ਹੋਵੇ। ਜਿਹੜੀ ਗਾਂ ਦਾ ਪਸ ਥਣ ਚੰਗਾ ਉਹਦਾ ਪਸਮਾ ਵੀ ਚੰਗਾ ਹੁੰਦਾ। ਬਹਰਲੇ ਹੱਥਾਂ 'ਤੇ ਚੁੱਪੀ ਹੋਈ, ਪਹਿਲੇ ਮਸ਼ੀਨ ਦੀ ਚੁਆਈ ਵਾਲੀ ਗਾਂ ਨਹੀਂ, ਪਹਿਲੇ ਦਿਨ ਤੋਂ ਹੀ ਹੱਥਾਂ 'ਤੇ ਚੁੱਪੀ ਹੋਈ ਹੈ। ਔਰ ਮਸ਼ੀਨ ਦੀ ਹੁੰਦੀ ਤਾਂ ਇਹਦਾ ਗਾਂ ਦਾ ਪਸਮਾ ਨਹੀਂ ਰਹਿਣਾ ਸੀ ਦੋਸਤੋ। ਜਦੋਂ ਮੈਂ ਤੁਹਾਡਾ ਬੋਲਣਾ ਡਿਟੇਲ ਨਾਲ ਦੱਸਣਾ, ਗਾਂ ਥੋੜ੍ਹੀ ਡਰਦੀ ਹੈ ਮੇਰੇ ਵੀਰਾਂ ਸਾਹਮਣੇ। ਬੋਲੇ 'ਚ ਬਿਲਕੁਲ ਜਿਹਾ ਕੜਾਹ ਹੁੰਦਾ ਬੋਲੇ ਦਾ, ਥੋੜ੍ਹੀ ਹਲਕੀ ਫੁਲਕੀ ਪਲ ਪੁਲ ਵੀ ਹੁੰਦੀ ਥਣਾਂ 'ਚ। ਜਦੋਂ ਜਾਨਵਰ ਐਨ ਆਪਦੀ ਪੂਰੀ ਰੂਟੀਨ 'ਚ ਆਉਂਦਾ, ਚੁਆਈਆਂ 'ਚ ਪੈਂਦਾ, ਉਦੋਂ ਹੀ ਬਣਦਾ ਭਾਈ ਜਾਨ। ਜਿਹੜਾ ਮੇਰਾ ਕੋਈ ਭਰਾ ਲੈਣਾ, ਮਾਸ਼ਾਅੱਲਾ ਜਾਨਵਰ ਬੇਤੜਕ ਹੋ ਕੇ ਲੈ ਸਕਦਾ, ਟੌਪ ਦੀ ਮਾਸ਼ਾਅੱਲਾ ਬਰੀਡ ਇਹਦੇ 'ਚ ਆਪਾਂ ਲੈ ਸਕਦੇ ਹਾਂ ਦੋਸਤ। ਪਾਰਟੀ ਬਹੁਤ ਬਦਲ ਲਓ ਸ਼ਾਹ ਸਾਹਿਬ ਨੂੰ, ਪਾਰਟੀ ਦੂਸਰੀ ਪਕੜਾ। ਥੋੜ੍ਹਾ ਕੈਮਰਾ ਇੱਥੇ ਲੈ, ਉਹ ਬਾਲਟੀ ਅੱਗੇ ਰੱਖਣੀ, ਕੈਮਰੇ ਦੇ ਅੱਗੇ ਰੱਖੇ ਇੱਥੇ, ਬਸ ਬਾਲਟੀ ਮੋਦੀ ਕਰ, ਸ਼ਾਹੀ ਬਾਲਟੀ ਮੋਦੀ ਕਰੇ, ਸ਼ਾਹੀ ਬਾਲਟੀ ਮੋਦੀ ਕਰ, ਠੀਕ ਪਰਤਾ ਲਿਆ ਜੀ ਬਾਲਟੀ ਆ ਸ਼ਾਹ ਜੀ, ਚਲੋ ਬਸ। ਰੱਸਾ ਵੀ ਨਹੀਂ ਪਾਇਆ ਖੁੱਲੀ ਮਾਸ਼ਾਅੱਲਾ ਗਾ ਮੇਰੇ ਵੀਰਾਂ ਸਾਹਮਣੇ, ਨਾ ਕੋ ਮੋਹਰਾ, ਨਾ ਕੋ ਰੱਸਾ, ਨਾ ਕੋ ਲੈਣੀ, ਨਾ ਕੋ ਦੇਣੀ। ਇੱਕ ਗੱਲ ਮੇਰੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਦੇ ਸਾਹਮਣੇ,
ਦਰਅਸਲ ਇਹ ਹੁੰਦਾ ਕਿ ਜਾਨਵਰ ਨੂੰ ਰੱਸਾ ਖੁੱਲ੍ਹਾ ਹੁੰਦਾ ਨਾ, ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਰਸਾ ਰੁੱਸਾ ਨਹੀਂ ਆਜ਼ਾਦ ਹੈ। ਚਲੋ ਫਿਰ ਵੀ ਠੀਕ ਹੈ, ਮਾਸ਼ਾਅੱਲਾ ਸੀਲ ਸਾਊ ਹੈ ਮੇਰਾ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਦੇ ਸਾਹਮਣੇ। ਮਾਸ਼ਾਅੱਲਾ ਸੋਹਣਾ ਚੁਆ ਵੈੜ ਨੂੰ ਲੱਗਿਆ, ਕਦ ਕਾਠ ਵੈੜ ਦਾ ਸੋਹਣਾ, ਨਸਲ ਜ਼ਾਤ ਵੈੜ ਦੀ ਸੋਹਣੀ, ਖੂਨ ਪਿੱਤ ਪੂਰਾ ਵੈੜ ਤੇ, ਇਹ ਨਹੀਂ ਕਿ ਲਸੇਰੀ ਹੋਵੇ ਦੋਸਤੋ। ਮਾਸ਼ਾਅੱਲਾ ਜਵਾਨ ਜਾਨਵਰ ਦੀ ਲੱਕੜ ਹੀ ਦੱਸ ਦਿੰਦੀ, ਸੂਏ 'ਚ ਗਾਂ ਆਵੇ ਉਹ ਵੀ ਦਿਸ ਜਾਂਦੀ। ਅੱਲਾ ਦੇ ਹੁਕਮ ਨਾਲ ਇਹ ਗਾਂ ਤੋਂ ਭਾਵੇਂ 8 ਸੂਏ ਲੈ ਲਓ, ਕ੍ਰਾਸ ਦੇ ਵਿੱਚ ਅੱਲਾ ਦੇ ਹੁਕਮ ਨਾਲ ਐਵੇਂ ਰਹਿ ਗਈ ਇਨਸ਼ਾਅੱਲਾ ਤਾਲਾ। ਗਾਂ ਦੀ ਜਵਾਨੀ ਚੰਗੀ, ਲੱਤ ਚੰਗੀ, ਥਣ ਚੰਗਾ, ਚੁਆ ਚੰਗਾ, ਪ੍ਰਿੰਟ ਚੰਗਾ, ਮਾਸ਼ਾਅੱਲਾ ਹਰ ਪਾਸੋਂ ਵੈੜ ਸੁਥਰੀ ਹੈ। ਪੂਰੀ ਬਾਹਰ ਫਿਰਿਆ ਜਨਾਬੇ ਲਈ 10 ਪਿੰਡ ਫਿਰਿਆ ਜਿਹਾ ਜਾਨਵਰ ਲੱਭਦਾ ਦੋਸਤੋ, ਬੂਹੇ ਬੂਹੇ ਨਹੀਂ ਖੜਾ, ਇਹ ਖੁਦਾ ਜਾਣਦਾ। ਸਾਰਾ ਦਿਨ ਬਾਹਰ ਫਿਰਨੀ ਦੀ ਹੈ, ਫਿਰ ਜਨਾਬੇ ਲਈ ਸਾਫ਼ ਸੁਥਰਾ ਜਾਨਵਰ ਹੋਵੇ, ਹਰ ਵੀਰ ਦੀ ਡਿਮਾਂਡ ਪੂਰੀ ਕਰੀ ਦੀ ਹੈ। ਬੜਿਆਂ ਭਰਾਵਾਂ ਨੇ ਕਿਹਾ ਸੀ ਕਿ ਯਾਰ ਜਵੇਦ ਬਾਈ 20-22 ਲੀਟਰੀ ਗਾਂ ਹੋਵੇ ਅਤੇ ਦਿਖਾਣੀ ਹੈ। ਮਾਸ਼ਾਅੱਲਾ ਅੱਜ ਵੀਰਾਂ ਦੇ ਦੋਸਤਾਂ ਦੇ ਸਾਹਮਣੇ ਦੁਬਾਰਾ ਤੇ ਆ ਗਿਆ ਜਾਨਵਰ ਜਨਾਬ, ਪੂਰਾ ਮਾਸ਼ਾਅੱਲਾ 20-22 ਲੀਟਰੀ ਵੈੜ ਹੈ, ਔਰ ਤਸੱਲੀਆਂ ਕਰਾਵਾਂਗੇ। ਹੱਥ ਮਾਰ ਦੇਣਾ ਕੀ ਕਰਦੇ ਹੋ ਤੁਸੀਂ, ਹੱਥ ਮਾਰ ਕੇ ਕਰ ਦੇਗਾ। ਬਸ ਪੁੱਤਰ ਪਿੱਛੇ 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 ਹਰ ਗੱਲ ਮੇਰੇ ਵੀਰਾਂ ਭਰਾਵਾਂ ਛੱਡ ਦੇ, ਬੱਚਾ ਬੱਚੇ ਨੂੰ ਛੱਡ ਦੇ। ਸਾਹਮਣੇ ਆ ਗਿਆ, ਸਭ ਤੋਂ ਵੱਡੀ ਗੱਲ ਇਹ ਕ੍ਰਾਸ ਗਾਂ ਦਾ ਦੁੱਧ ਸਫੈਦ ਹੁੰਦਾ ਔਰ ਜਨਾਬੇ ਲਈ ਗਾੜਾ ਹੁੰਦਾ, ਮੇਰੇ ਵੀਰਾਂ ਨੂੰ ਵੀ ਪਤਾ, ਭਰਾਵਾਂ ਨੂੰ ਵੀ ਪਤਾ, ਲਿਆਓ ਕਹਿ ਨਹੀਂ ਫੜਾਓ ਦੇ ਭੈਣ ਮੇਰੇ ਭਰਾ। ਮਾਸ਼ਾਅੱਲਾ ਬੜਾ ਲਾਜਵਾਬ ਜਾਨਵਰ, ਲੈਣੇ ਦੇ ਮੁਕੱਦਰ ਨੇ, ਸੌਦੇ ਦੋਸਤਾਂ ਨਸੀਬਾਂ ਦੇ ਨੇ। ਮਾਸ਼ਾਅੱਲਾ ਸਿਫਤ ਦੇ ਕਾਬਲ ਹੈ ਜਾਨਵਰ, ਐਵੇਂ ਝੂਠੀ ਤਾਰੀਫ ਨਹੀਂ। ਆ ਜਨਾਬ ਇੱਕ, ਇਹ ਜਨਾਬ ਦੋ, ਇਹ ਜਨਾਬ ਮਾਸ਼ਾਅੱਲਾ ਤਿੰਨ, ਇਹ ਜਨਾਬ ਚਾਰ, ਇਹ ਜਨਾਬ ਮਾਸ਼ਾਅੱਲਾ ਪੰਜ, ਇਹ ਜਨਾਬ ਛੇ, ਮਾਸ਼ਾਅੱਲਾ ਛੇ, ਛੇ ਮਾਸ਼ਾਅੱਲਾ, ਇਹ ਜਨਾਬ ਸੱਤ, ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹ
ਹੈ ਜਨਾਬ 13.5 ਗੜਵੀਆਂ ਹੋਈਆਂ ਨੇ, ਅਜ਼ਾਨ ਹੋਣ ਲੱਗ ਪਈ ਸੀ, ਬ੍ਰੇਕ ਲਾ ਦਿੱਤੀ ਗੜਵੀ ਦੇ ਦੌਰਾਨ, ਤਾਂ ਨਹੀਂ ਬ੍ਰੇਕ ਲਾਈ ਸੀ ਕਿ ਜਨਾਬਿਆਂ ਲਈ ਅਜ਼ਾਨ ਦਾ ਟਾਈਮ ਸੀ, ਯਾਨੀ ਕਿ ਗੜਵੀਆਂ ਮਾਰਦੇ ਪਏ ਸਾਂ ਅਤੇ ਤਾਂ ਨਹੀਂ ਬ੍ਰੇਕ ਲਾਈ ਕਿ ਵੀਰੇ ਨਾ ਆਖਣ ਕਿ ਦੁੱਧ ਮਿਣ ਦਿਆ, ਬ੍ਰੇਕ ਕਿਉਂ ਲਾਈ, ਅਜ਼ਾਨ ਦੀ ਵਜ੍ਹਾ ਤੋਂ ਬ੍ਰੇਕ ਲੱਗ ਗਈ ਸੀ, ਸਾਰੀ ਗੱਲ ਮੇਰੇ ਵੀਰਾਂ ਨੇ ਦੇਖ ਲਈ ਹੈ। ਅਸਲਾਮ ਵਾਲੇਕੁਮ ਸ਼ਾਹ ਜੀ। ਵਾਲੇਕੁਮ ਸ਼ਾਹ ਜੀ, ਮਾਸ਼ਾਅੱਲਾ ਜੋ ਤੁਸੀਂ ਦੱਸਿਆ ਸੀ ਉਹ ਵੀ ਪਾਇਆ, ਇਹ ਬੜੀ ਗੱਲ ਹੁੰਦੀ ਕਿ ਜੋ ਦੱਸਣਾ, ਜੋ ਆਵਾਜ਼ ਦੇਣੀ ਉਹਦੇ ਤੋਂ ਪੂਰਾ ਉਤਰਨਾ, ਇਹ ਬੜੀ ਕੁਆਲਿਟੀ ਦੀ ਗੱਲ ਹੈ। ਹਰ ਬੰਦੇ ਦੇ ਵੱਸ ਦਾ ਰੋਗ ਨਹੀਂ, ਉਹ ਹੀ ਉਤਰ ਸਕਦਾ ਕਿ ਜਿਹਨੂੰ ਪਤਾ ਕਿ ਮੈਂ ਰੋਜ਼ ਪ੍ਰੋਪਰ ਇੱਕ ਰੂਟੀਨ ਨਾਲ ਕੰਮ ਕਰਨਾ, ਅਤੇ ਮੇਰਾ ਭਰਾ ਇਹ ਗਾਂ ਥੱਲੇ ਜਿਹੜਾ ਪੱਕਾ ਲੋਹੇ ਰੰਗਾ ਦੁੱਧ ਕਿੰਨਾ, ਕਿੰਨੇ ਦਿਨਾਂ ਦੀ ਸੂਈ ਹੋਈ ਹੈ, ਸੂਆ ਕਿਨਵਾ, ਇਹ ਸਾਰੀਆਂ ਗੱਲਾਂ ਡਿਟੇਲ ਨਾਲ ਦੱਸ ਦੇਣੀਆਂ ਨੇ ਕਿ ਜਿਹੜਾ ਮੁੱਲ ਪੱਕਾ ਉਹ ਵੀ ਦੱਸ ਦੇ। ਜੁਹੇਲ ਭਾਈ, ਇਹ ਸੂਈ ਨੂੰ ਹੋ ਗਿਆ ਤਕਰੀਬਨ ਇਹਨੂੰ ਚੌਥੇ ਤੋਂ ਪੰਜਵਾਂ ਦਿਨ। ਅੱਛਾ ਜੀ, ਅਤੇ ਮੁੱਲ ਇਹਦਾ ਆਮ ਰੂਟੀਨ 'ਚ ਇੱਥੇ ਕੀਤੀ ਜਾਂਦੇ 4.25 ਲੱਖ ₹5 ਲੱਖ। ਅੱਛਾ ਜੀ, ਲੇਕਿਨ ਫਾਈਨਲ ਤੁਹਾਡੇ ਵਾਸਤੇ, ਅੱਛਾ ਜੀ, ਆਪਣੇ ਚੈਨਲ ਵਾਸਤੇ, ਬਿਲਕੁਲ ਜੀ, 4.5 ਲੱਖ ₹4.5 ਲੱਖ। ਹਾਂਜੀ, 4.5 ਚ ਕੋਈ ਪਿਆਰ, ਕੋਈ ਮੁਹੱਬਤ, ਕੋਈ ਦੀਦ, ਕੋਈ ਲਿਆਜ਼ ਹੋ ਜਾਏ, ਕਰਾਂਗੇ ਬਿਲਕੁਲ ਬਿਲਕੁਲ ਕਰਾਂਗੇ। ਇਹ ਜਨਾਬ ਮੇਰੇ ਵੀਰਾਂ ਦੇਖਿਆ, 4.5 ਲੱਖ ਰੁਪਏ ਸ਼ਾਹ ਸਾਹਿਬ ਨੇ ਮੁੱਲ ਕੀਤਾ, ਪਿਆਰ ਮੁਹੱਬਤ ਚਾਹਤ ਇਹਦੇ ਵਿੱਚ ਮੌਜੂਦ ਹੈ, ਔਰ ਜਿੰਨੀ ਹੋ ਸਕੀ ਭਰਾਵਾਂ ਲਈ ਹਮੇਸ਼ਾ ਤਰ੍ਹਾਂ ਕਰਾਵਾਂਗੇ। ਤੇ ਕਿੰਨੇ ਦੁੱਧ ਦੀ ਗਾਰੰਟੀ? ਦੁੱਧ ਦੀ ਗਾਰੰਟੀ ਦਿਆਂਗਾ ਜੀ ਮੈਂ 22 ਲੀਟਰ ਦੀ। 22 ਲੀਟਰ ਦੀ ਲੋਹੇ ਰੰਗ? ਹਾਂਜੀ ਬਿਲਕੁਲ। 1.5-2 ਕਿਲੋ ਤੁਸੀਂ ਕੱਢ ਦਿਓ। ਕੱਢ ਦਿੱਤਾ, ਠੀਕ ਹੈ ਨਾ ਜੀ। 22 ਕਿਲੋ ਦੀ ਮੈਂ ਗਾਰੰਟੀ ਦਿਆਂਗਾ, ਕੋਈ ਭਰਾ ਆਉਂਦਾ ਇੱਥੇ 4 ਟਾਈਮ 3 ਟਾਈਮ 2 ਟਾਈਮ ਆਦਿ ਤਸੱਲੀ ਕਰਕੇ ਕਰਕੇ ਲੈ ਜਾਏ, ਠੀਕ ਹੋ ਗਿਆ ਜਨਾਬ, ਤਸੱਲੀ ਕਰਕੇ ਭਾਈ ਕਹਿੰਦਾ ਲੈ ਜਾਵੇ, ਕੋਈ ਇਸ਼ੂ ਨਹੀਂ ਜਨਾਬੇ ਲਈ, 22 ਲੀਟਰ ਦੀ ਗਰੰਟੀ ਹੈ। ਹਰ ਗੱਲ ਮੇਰੇ ਭਰਾਵਾਂ ਦੇਖ ਲਈ, ਅਗਰ ਵੀਡੀਓ ਪਸੰਦ ਆਵੇ, ਕੋਈ ਮੇਰਾ ਭਰਾ ਮਿਸ ਆਪਣਾ ਮੇਰਾ ਵੀਰ ਦੋਸਤ ਭਰਾ ਖਰੀਦਣਾ ਚਾਹੁੰਦਾ ਹੈ, ਅਤੇ ਅੱਲਾਹ ਦੇ ਫਜ਼ਲ ਅਤੇ ਕਰਮ ਦੇ ਨਾਲ ਤੁਹਾਡੇ ਲਈ ਜਨਾਬ ਇਸੇ ਤਰੀਕੇ ਸਾਫ਼ ਸੁਥਰੇ ਜਾਨਵਰ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਰਾਬਤਾ ਨੰਬਰ ਲੈ ਸਕਦੇ 0300 ਜਨਾਬ ਪੂਰਾ 510-4051, ਇਸੇ ਨੰਬਰ 'ਤੇ ਵਟਸਐਪ ਹੈ, ਔਰ ਇਸੇ ਨੰਬਰ 'ਤੇ ਰਾਬਤਾ ਨੰਬਰ ਹੈ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਵੇਨ ਨੂੰ ਦੇਣੀ ਇਜਾਜ਼ਤ, ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾ।